ਅਸੀਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਔਰ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਸਾਧ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਦੇ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਲਖਤ ਕੀਤਾ ਸੀ ਵੀ ਹਾਲਾਤ ਜਿਹੜੇ ਨੇ ਪੰਜਾਬ ਦੇ ਫਿਰ ਖਰਾਬ ਹੋਣ ਜਾ ਰਹੇ ਆ, ਸਰਕਾਰ ਜਿਹੜੀ ਉਹ ਧਿਆਨ ਨਹੀਂ ਦੇ ਰਹੀ ਅਤੇ ਸਰਕਾਰੀ ਪੱਧਰ 'ਤੇ ਵੀ ਪਹਿਲਾਂ ਅਲਰਟ ਹੋਇਆ ਥੋੜ੍ਹੇ ਦਿਨ ਪਹਿਲਾਂ ਵੀ ਇਹ ਨੁਕਸਾਨ ਕਿਤੇ ਹੋ ਸਕਦਾ, ਕਿਤੇ ਜਿੱਥੇ ਬਹੁਤ ਵੱਡੇ ਇਕੱਠ ਹੋਣਗੇ ਉੱਥੇ ਵੀ ਇਹ ਹੋ ਸਕਦਾ, ਔਰ ਕਿਤੇ ਰੇਲਵੇ ਦੇ ਜਾਂ ਹੋਰ ਜਿੱਥੇ ਜਿੱਥੇ ਵੀ ਪਬਲਿਕ ਪਲੇਸ ਨੇ ਉੱਥੇ ਗੱਲਾਂ ਹੋ ਸਕਦੀਆਂ ਅਤੇ ਸਾਨੂੰ ਅਲਰਟ ਜਾਰੀ ਕਰ ਦੇਣਾ ਚਾਹੀਦਾ। ਅਤੇ ਸਰਕਾਰ ਨੇ ਪਤਾ ਹੋਣ ਦੇ ਇੰਟੈਲੀਜੈਂਸੀ ਦੀਆਂ ਰਿਪੋਰਟਾਂ ਵੀ ਆਈਆਂ ਔਰ ਫੌਜ ਦੇ ਮੁਖੀ ਨੇ ਵੀ ਇਹ ਗੱਲ ਕਹੀ, ਪਰ ਫਿਰ ਵੀ ਮੈਂ ਸਮਝਦਾ ਉਹ ਪਾਸੇ ਪੂਰਾ ਧਿਆਨ ਜਿੰਨਾ ਦੇਣਾ ਚਾਹੀਦਾ ਸੀ, ਜਦੋਂ ਜਿੱਥੇ ਸਤਸੰਗ ਹੁੰਦੇ ਜਾਂ ਜਿੱਥੇ ਕੋਈ ਪਬਲਿਕ ਪਲੇਸ ਦੇ ਵਿੱਚ ਇਕੱਠ ਹੁੰਦੇ ਉੱਥੇ ਗੱਲਾਂ ਪਹਿਲਾਂ ਸਰਕਾਰ ਨੂੰ ਕਰਨੀਆਂ ਚਾਹੀਦੀਆਂ ਜਿਹੜੇ ਨਹੀਂ ਕੀਤੀਆਂ। ਅਤੇ ਅੱਜ ਬਹੁਤ ਵੱਡਾ ਜਿਹੜਾ ਉੱਥੇ ਨੁਕਸਾਨ ਹੋਇਆ, ਸਤਸੰਗ ਜਿਹੜਾ ਚੱਲ ਰਿਹਾ ਸੀ ਉੱਥੇ ਜ਼ਖਮੀ ਵੀ ਕਾਫੀ ਹੋਏ, ਮੌਤਾਂ ਵੀ ਹੋਈਆਂ, ਉਹਦੀ ਜਿੰਨੀ ਵੀ ਨਿੰਦਿਆ ਕਰੀਏ ਉਹ ਥੋੜ੍ਹੀ ਹੈ, ਕਿਉਂਕਿ ਮਨੁੱਖਤਾ ਦਾ ਇਸ ਤਰ੍ਹਾਂ ਘਾਣ ਕਰਨਾ, ਇਨਸਾਨੀਅਤ ਦਾ ਜਿਹੜਾ ਘਾਣ ਕਰਨਾ ਮੈਂ ਸਮਝਦਾ ਉਹ ਸਰਕਾਰਾਂ ਦੀਆਂ ਡਿਊਟੀਆਂ ਹੁੰਦੀਆਂ, ਫਰਜ਼ ਹੁੰਦੇ ਪੂਰੀਆਂ ਕਰੀਏ। ਪਹਿਲਾਂ ਇੱਥੇ ਰੇਲ ਹਾਦਸਾ ਹੋਇਆ ਅੰਮ੍ਰਿਤਸਰ ਦੇ ਵਿੱਚ ਹੀ ਬਹੁਤ ਵੱਡਾ, ਉਹ ਵੀ ਬੜੇ ਜਿਹੇ ਦੁੱਖ ਹੋਏ ਨੇ ਲੋਕਾਂ ਨੂੰ ਭੁੱਲਿਆ, ਉਹਨਾਂ ਦੇ ਜ਼ਖਮਾਂ 'ਤੇ ਜੇ ਉਹ ਵੀ ਬੜਾ ਜ਼ਖਮਾਂ ਜਲੇ ਸੀ, ਜਿਹੜੇ ਆ ਦੂਜੀ ਗੱਲ ਫਿਰ ਅੰਮ੍ਰਿਤਸਰ ਜ਼ਿਲ੍ਹੇ 'ਚ ਹੀ ਹੋ ਗਈ। ਅਤੇ ਮੈਂ ਸਮਝਦਾ ਕਿ ਸਰਕਾਰ ਦੀ ਨਿਗਹਿਲੀ ਕਹਿ ਲਓ, ਨਲਾਇਕੀ ਕਹਿ ਲਓ, ਦੋ ਪਾਸੇ ਧਿਆਨ ਹੀ ਨਹੀਂ, ਵੀ ਇਹੀ ਪ੍ਰਬੰਧ ਜਿਹੜਾ ਪ੍ਰਸ਼ਾਸਨ ਸਰਕਾਰਾਂ ਨੇ ਜਾਨ ਮਾਲ ਦੀ ਰਾਖੀ ਸਰਕਾਰਾਂ ਨੇ ਕਰਨੀ ਹੁੰਦੀ ਆ, ਪਬਲਿਕ ਦੀ, ਲੋਕਾਂ ਦੇ ਸੁੱਖ ਆਰਾਮ ਦੀ, ਇਸ ਕਰਕੇ ਉਹਦੀ ਅਸੀਂ ਨਿਖੇਧੀ ਕਰਦੇ ਹਾਂ। ਅਤੇ ਸਰਕਾਰ ਹੌਲੀ ਚਕੰਨੀ ਹੋ ਕੇ ਅਗਾਂਹ ਅੱਗੇ ਤੋਂ ਜਿਹੜਾ ਪ੍ਰਬੰਧ ਉਹ ਵਧੀਆ ਜਿਹੜਾ ਉਹ ਕਰ ਸਕੇ। ਲੈਂਡ ਆਰਡਰ ਜਿਹੜਾ ਉਹ ਸਰਕਾਰ ਵੱਲੋਂ ਫੇਲ ਹੁੰਦਾ ਜਾ ਰਿਹਾ ਦਿਨੋਂ ਦਿਨ, ਉਹਨੂੰ ਹੁਣ ਤੋਂ ਹੀ ਕੰਪਲੀਟ ਕਰ ਲਏ ਅਤੇ ਅਗਾਂਹ ਹੀ ਜਿਹੜਾ ਇਹੋ ਜਿਹਾ ਕੋਈ ਨੁਕਸਾਨ ਜਿਹੜੇ ਇਹੋ ਜਿਹੇ ਕਾਂਡ ਉਹ ਨਾ ਵਾਪਰ ਸਕੇ। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ ਇੱਕ ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ, ਹਰ ਸਮੱਸਿਆ ਦਾ ਹੱਲ 101% ਗਰੰਟੀ ਦੇ ਨਾਲ ਕਰਾਂਗੇ, ਕਾਲੇ ਇਲਮ ਦਾ ਸਮਾਧਾਨ ਗਰੰਟੀ ਦੇ ਨਾਲ ਕਰਾਓ, ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ, ਸੰਪਰਕ ਕਰੋ 97817 71820।